ਆਪਣਾ ਦੁਪਹਿਰ ਦਾ ਸਟਰੀਟ ਫੂਡ ਖਾਦੇ ਤੁਹਾਨੂੰ ਵਿਖਾਇਆ ਏ ਤੇ ਉਹ ਤੇ ਛੋਲੇ ਕੁਲਚੇ ਬੜੇ ਸਵਾਦ ਸਨ ਤੇ ਹੁਣ ਆਪਾਂ ਮੈਕੜੀ ਚ ਆਏ ਆ ਚਲੋ ਕੁਝ ਹਲਕਾ ਫੁਲਕਾ ਖਾ ਲੈਂਦੇ ਆ ਇੱਕ ਮੇਰੀ ਫੇਵਰਿਟ ਚੀਜ਼ ਰਹਿੰਦੀ ਏ ਉਹ ਤੁਹਾਨੂੰ ਵਲੌਗ ਦੇ ਬਿਲਕੁਲ ਐਂਡ ਚ ਵਿਖਾਵਾਂਗੇ ਅਸੀਂ ਕੀ ਖਾਣਾ ਹੈ सत श्री अकाल सारियां वेलकम है तुहाडा प्रभ एंड सकिरत व्लॉग च आई होप तुहानू सारे व्लॉग वधिया वधिया लगणगे धन्नवाद मैं चला मार्केट च घर दे निक्के निक्के काम करन ते जो भी वगैरह लियाउणा मैं जाके लैवां एक ते खेत च पाण वाली दवाई लैके आउणी है ते नाले अपना सिलेंडर खाली होया सी मैं नाले सिलेंडर भी लै आउणा वा ते होर निक्के निक्के जो भी काम ने मैं कर लां होप तुसीं सारे इदां ही व्लॉग नाल जुड़े रहो आपां करदे हां व्लॉग दी शुरुआत सिलेंडर लैके आना गड्डी गंदी हो जाए कि इस करके मैं ना अपना गड्डी च रखने वास्ते कोई चादर वगैरह पूछना माता नूं माता लगे अपने काम करन ते ओह पंथ वीर वेखो मम्मी दे नाल हैल्प करन दे आए माता वो लैके आना सिलेंडर ते गड्डी च रखने वाला कपड़ा कित्थे वे प्रभ तो ले लै प्रभ माता ने माता आंदी है वो ना भी प्रभ तो जाके चादर लै गड्डी च रखनी है तो जाके मैं चादर लिया दिओ सिलेंडर लैके आना मैं लो जी हुण मैं घर तो निकल गया वा ते सिलेंडर वगैरह ले लिया है लो जी पेट्रोल पंप तो हुण तेल पा लैने आ ओ जी हुण आपां खेतां च पाण वाली दवाई लैनी है ते आपां मार्केट आ गए हुण आपां दवाई लैणे आ लो जी दवाई वगैरह ले ली आपां हुण खेतां च पाण वाली कम हुण फिनिश हो गया मेरा सारा ते मैं हुण चलां वां घर घर जाण तों बाद फिर सानूं थोड़ा जिहा कम आ आपां आउट ऑफ सिटी जाणा है सारे पिछे बैठे सन समझ ही नहीं हूं की करिए चलन लग गए कि रोकीये फटाफट अगे जाके फिर एक दम जुगाड़ का दिमाग काम किया जुगाद ने फटाफट ब्रेक ते पैर रखता ते गड्डी स्टॉप हो गई बंता वे की हेलो शर्मान दिया है तुसी पंत सारे दिन शर्मांदी रहा करो जो मैं तुहानू आवाज मारना होना आवे लो अड़ी मम्मा दी गोदी शर्मान लग गया जी लो जी हल्के हल्के बदल भी बन गए ने मौसम वधिया बन गया हुण ਵਿੱਚ ਵਿੱਚ ਹੀ ਗਰਮੀ ਬੜੀ ਜ਼ਿਆਦਾ ਹੋ ਜਾਂਦੀ ਹੈ ਤੇ ਜਦੋਂ ਠੰਡਾ ਮੌਸਮ ਆਉਂਦਾ ਨਾ ਫਿਰ ਵਧੀਆ ਫੀਲ ਹੁੰਦਾ ਅਸੀਂ ਹੁਣ ਆਏ ਆ ਭੁੱਖ ਲੱਗ ਗਈ ਸੀ ਫੇਮਸ ਛੋਲੇ ਕੁਲਚੇ ਜੋ ਕਿ ਸਟਰੀਟ ਫੂਡ ਹੈ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕਿਹੜੇ ਫੇਮਸ ਕੁਲਚੇ ਨੇ ਭਾਜੀ ਆਪਣੇ ਕੋਲ ਸਰਦਾਰ ਜੀ ਸਪੈਸ਼ਲ ਕੁਲਚਾ ਹੁੰਦਾ ਹੈ ਜੀ ਅੱਛਾ ਜੀ ਗੱਜ ਕੀਮਾ ਕੁਲਚਾ ਹੁੰਦਾ ਹੈ ਹਾਂਜੀ ਹਾਂਜੀ ਆਲੂ ਕੁਲਚਾ ਹੁੰਦਾ ਹੈ ਇੱਕ ਪਨੀਰ ਤੁਸੀਂ ਕਿੰਨੇ ਟਾਈਮ ਤੋਂ ਕੰਮ ਸ਼ੁਰੂ ਕਰ ਰਹੇ ਹੋ ਅਸੀਂ ਇੱਥੇ 6 ਮਹੀਨੇ ਤੋਂ ਹੈਗੇ अच्छा जी कुलचे तुहाडे खाने फिर तुहानू दस्सने आ किवें दा रिस्पोंस है हुण आपणे स्ट्रीट फूड वाले कुलचे आउण वाले ने जी असं हूँ
ਸਵੀਟ ਫੂਡ ਜਿਹੜਾ ਕਿ ਤੁਹਾਨੂੰ ਦੱਸਿਆ ਛੋਲੇ ਕੁਲਚੇ ਸਰਦਾਰ ਜੀ ਵਾਲੇ ਬਹੁਤ ਟੇਸਟੀ ਬਣਾਏ ਇਹਨਾਂ ਨੇ ਬਹੁਤ ਬਹੁਤ ਸਵਾਦ ਹੈ ਅਤੇ ਅਸੀਂ ਇਹਨਾਂ ਦੀ ਲੋਕੇਸ਼ਨ ਤੁਹਾਨੂੰ ਦੱਸ ਦਿੰਦੇ ਹਾਂ ਕਰਨਾਲ ਮੇਰਠ ਰੋਡ ਦੇ ਉੱਤੇ ਇਹਨਾਂ ਦਾ ਆਪਣਾ ਦੁਕਾਨ ਹੈ ਸਰਦਾਰ ਜੀ ਅੰਮ੍ਰਿਤਸਰੀ ਨਾਨਕ ਦੀ ਅਤੇ ਤੁਸੀਂ ਆਓ ਤੁਸੀਂ ਇਹਨਾਂ ਦਾ ਕੁਲਚੇ ਖਾਓ ਅਤੇ ਤੁਸੀਂ ਦੱਸੋ ਕਿਵੇਂ ਦੇ ਨੇ ਸਾਨੂੰ ਬਹੁਤ ਵਧੀਆ ਲੱਗੇ ਨੇ झूले भी लगे तो भी विखावे बच्चे आते ने अभी झूले लैने झूले लैने ने तो ना ना झूले भी दवाने फेवरेट चीज है डिश है उस किरत जो भी इतने खानी ही खानी है भावे डाइटिंग हो पर फिर भी खानी ही खानी है चीजी लैनी है केड़ी चीजी लैनी दसो हाँ जी आ लैनी चॉकलेट लैनी पाने तो नहीं लैनी चलो जी ਤੁਸੀਂ ਇੱਥੇ ਕੀ ਕਰਨ ਦੇ ਹੋ ਬਸ ਠੰਡੀ ਠੰਡੀ ਹਵਾ ਦਾ ਨਜ਼ਾਰਾ ਲੈਣ ਦੇ ਹੀ ਆ ਰਿਲੈਕਸ ਹੋ ਕੇ ਆਰਾਮ ਨਾਲ ਸ਼ਾਂਤੀ ਨਾਲ ਬੈਠੇ ਆ ਅਸੇ ਗਰਮੀ ਬਹੁਤ ਸੀ ਨਾ ਅੱਜ ਹਾਂ ਗਰਮੀ ਸੀ ਤੇ ਹੁਣ ਥੋੜਾ ਸਹੀ ਹੋ ਗਿਆ ਹੈ ਜਦੋਂ ਵੀ ਜੁਗਾਦ ਆਉਂਦਾ ਹੈ ਨਾ ਤੇ ਰੂਹਾਨੀਆ ਤੇ ਪੰਥਵੇਰ ਤੇ ਰੇਲ ਹੀ ਬਣ ਜਾਂਦੀ ਹੈ ਇਹ ਇਹਨਾਂ ਨੂੰ ਤਾਂ ਇਹ ਹੀ ਹੁੰਦਾ ਹੈ ਕਿ ਜੁਗਾਦ ਆ ਗਿਆ ਹੁਣ ਤੇ ਆਪਾਂ ਹੁਣ ਝੁੱਲੇ ਲਈਏ ਇਹਨਾਂ ਦੇ ਅੱਗੇ ਸਿਰ ਬਸ ਨਾ ਲੈਣ ਦੇ ਡੇਰੇ ਵੀ ਆਜੋ ਝੁੱਲੇ ਲੈ ਕੇ ਆਉਣੇ ਬਸ ਜਿੰਦਰ ਤੇਰੇ ਨਾਲ ਝੁੱਲੇ ਨਾ ਦਵਾਈਏ ਇਹਨਾਂ ਟਕਾਈ ਹੋਣੀ ਆ ਅੱਜ ਹੁਣ ਸਵੇਰ ਦੇ ਰੋਲਾ ਪਾਈ ਜਾਂਦੇ ਝੁੱਲੇ ਤੇ ਕਦੋਂ ਲੈ ਕੇ ਜਾਓਗੇ ਕਦੋਂ ਲੈ ਕੇ ਜਾਓਗੇ ਪਹਿਲਾਂ ਡਰਦੇ ਸੀ ਬੈਨ ਤੇ ਹੁਣ ਉਹਨਾਂ ਨੂੰ ਮਤਲਬ ਕਿ ਵਧੀਆ ਲੱਗਦਾ ਹੈ ਕਿ ਹੁਣ ਨਿਕਲਦੇ ਨਹੀਂ ਹੁਣ ਕਾਫੀ ਦੇਰ ਹੋ ਗਈ ਤੇ ਅਸੀਂ ਕਹਿੰਦੇ ਚੱਲੀਏ ਤੇ ਕਹਿੰਦੇ ਨਹੀਂ ਅਸੀਂ ਹਜੇ ਨਹੀਂ ਜਾਣਾ ਮੈਂ ਆ ਗਿਆ ਆਪਣੇ ਫੇਵਰਿਟ ਪਲੇਸ ਤੇ ਮੈਂ ਜਦੋਂ ਵੀ ਇੱਥੇ ਆਉਣਾ ਮੈਂ ਇਹਦੀ ਚਾਪ ਵਗੈਰਾ ਬਹੁਤ ਸਵਾਦ ਹੁੰਦੀ ਆ ਚਲੋ ਆਓ ਹੁਣ ਖਾਣਾ ਤੁਹਾਨੂੰ ਅੰਦਰ ਦਾ ਅੱਜ ਅਸੀਂ ਮਾਰਕੀਟ ਗਏ ਤੇ ਮਾਰਕੀਟ ਤੋਂ ਦੀਦੀ ਦੀ ਫਰੈਂਡ ਦੀ ਬੇਟੀ ਦਾ ਬਰਥਡੇ ਸੀ ਤੇ ਉਹਦੀ ਲਈ ਥੋੜੀ ਜਿਹੀ ਸ਼ੋਪਿੰਗ ਕੀਤੀ ਉਹਦੇ ਤੋਂ ਦੋ ਤਿੰਨ ਡਰੈਸਸ ਲਈਆਂ ਤੇ ਉਹਦੇ ਸੈਂਡਲ ਵਗੈਰਾ ਲਏ ਕੁਛ ਥੋੜੀ ਜਿਹੀ ਦੀਦੀ ਨੇ ਆਪਣੀ ਸ਼ੋਪਿੰਗ ਕੀਤੀ ਥੋੜੀ ਜਿਹੀ ਮੈਂ ਸ਼ੋਪਿੰਗ ਕੀਤੀ ਆਈ ਦੱਸਾਂ ਮੈਨੂੰ ਲੱਗਦਾ ਖਰਾਬ ਨਹੀਂ ਤੁਸੀਂ ਦੱਸੋ ਨਾ ਕਿ ਕੰਬਲ ਤੇ ਉਹਦੀ ਨਾ ਛੋਟ ਇੱਕ ਫਰੋਕ ਲਈ ਮੈਂ ਘੱਟ ਕੋਲ ਵੀ ਪੀ ਲੈਣਾ ਸੀ ਗਲਾ ਖਰਾਬ ਹੋ ਜਾਂਦਾ ਤੁਸੀਂ ਤੇ ਦੀਦੀ ਇੰਨਾ ਪ੍ਰੇਜ਼ ਕਰਦੇ ਦੀਦੀ ਨਾ ਬਿਲਕੁਲ ਠੰਡਾ ਪਾਣੀ ਨਹੀਂ ਪੀਂਦੇ ਗਰਮੀ 'ਚ ਵੀ ਨੋਰਮਲ ਪਾਣੀ ਪੀਂਦੇ ਨੇ ਤਾਂ ਵੀ ਦੀਦੀ ਦਾ ਗਲਾ ਖਰਾਬ ਹੋ ਗਿਆ ਅਤੇ ਇੱਕ ਅਸੀਂ ਲਈਏ ਕਿਊਟ ਜੀ ਫਰੋਕ ਲਈਏ ਛੋਟੇ ਜਿਹੇ ਬੇਬੀ ਦੀ ਬੜੀ ਪਿਆਰੀ ਉਹ ਤੁਹਾਨੂੰ ਵਿਖਾਵਾਂਗੇ ਘਰ ਜਾ ਕੇ ਆ ਹੁਣ ਸਕਿਰਟ ਦੀ ਫੇਵਰੇਟ ਚਾਪ ਆ ਗਈ ਹੈ ਜਿਹੜੀ ਸਕਿਰਟ ਨੂੰ ਬਹੁਤ ਜ਼ਿਆਦਾ ਪਸੰਦ ਹੈ ਦੱਸੋ ਸਕਿਰਟ ਖਾਸੀਅਤ ਇਸ ਚਾਪ ਦੀ ਇਸ ਚਾਪ ਦੀ ਖਾਸੀਅਤ ਹੈ ਕਿ ਜਦੋਂ ਵੀ ਆਪਾਂ ਇਸ ਚਾਪ ਨੂੰ ਖਾਂਦੇ ਹਾਂ ਤਾਂ ਦੂਜਿਆਂ ਨੂੰ ਬਿਲਕੁਲ ਲੱਗ ਕੇ ਤਾਂ ਜਦੋਂ ਜਿਹੜਾ ਵੀ ਖਾਏਗਾ ਇਹਨੂੰ ਉਸ ਟਾਈਮ ਨੂੰ ਪਤਾ ਲੱਗੇਗਾ ਇਸ ਚਾਪ ਦੀ ਖਾਸੀਅਤ ਕੀ ਹੈ ਮੈਨੂੰ ਤਾਂ ਬਹੁਤ ਸਵਾਦ ਲੱਗਦੀ ਹੈ ਕਿਵੇਂ ਦਾ ਟੇਸਟ ਹੈ ਚਾਪ ਦਾ ਬੜੇ ਸਵਾਦੀ ਨੇ ਚਾਪਾਂ ਤੁਸੀਂ ਵੀ ਇੱਕ ਵਾਰੀ ਖਾ ਕੇ ਵੇਖਿਓ ਇਹ ਹੁਣ ਸਾਰੇ ਗੱਡੀ 'ਚ ਬਹਿ ਗਏ ਨੇ ਆਪਾਂ ਹੁਣ ਚੱਲਦੇ ਹਾਂ ਘਰ
लो जी टाइम हो गया 7 बज गए ने। फाइनली साडा सारा काम फिनिश हो गया है ते हुण आपां खा भी लिया है। अज ते सगो मेरी चीट डे सी ते चीट डे कदे सी अगली पिछली कदे सारी निकल गई अज ते ते हुण आपां घर जाने आ ते घर जाके विखाने आ ए अपना प्रभ की लै के आई मार्केट चों ते फिर तुहानूं रिव्यू करांगे। पंथवीर नूं टकाई कोने गए कदी ए पिछे तुर जांदा ते कदी आंदा अगे आ जाणा। हां जी दसो हुण नाराज हो गए मेरे नाल खूब सारा खादा है ते अपने काम जेड़े करने सी ओ करके आए हैं ते चलो ते बजारों ते बखाओ दसो की लेके आए हो कल नूं सवेरे बखावांगे। The next day. हैलो गुड मॉर्निंग जी। रात असी फिर लेट आए तो सो गए तो बच्चे तो रस्ते ही सो गए सी ते फिर असी क्या जो असी शॉपिंग की कल नूं मॉर्निंग च विखावांगे तो हुण बच्चे स्कूल चले गए ने ते साडा काम भी सारा खत्म हो गया है ते असी सोचा चलो हुण असी जो कल शॉपिंग करके आए तुहानूं विखाने आ। आ वाइट एंड येलो का कॉम्बीनेशन बड़ा प्यारा लगन दिया सी ते रवानियत नूं बहुत ज़्यादा सूट भी करता है ते नैक्सट डे आ शर्ट लैके आए सी एक पंथवीर दी कलर है लाइट ग्रीन कलर है ते नाल ही ये ब्लैक ब्लू निकर ये एक ड्रेस ऐसी पंथवीर दी लेके आए सी। आ कलर दा ब्लैक है के ब्लू है ये थोड़ा थोड़ा ते ब्लैक के जो थोड़ा थोड़ा ब्लू है मतलब कि ब्लैक ब्लू च इदा हो गए। अच्छा ते नेक्स्ट एक शर्ट स्काई ब्लू एक और पंथवीर दी लेके आए सी ते नाल ये ब्लू जींस दी निकर ठीक है। आ टू ड्रेसिस पंथवीर दी एंड वन वन एंड एक का दीदी लेके आए सी किसी अपनी फ्रेंड दी बेटी नु गिफ्ट कर दी आ क्यूट जी फ्रॉक ओ दा बर्थडे वे ना। हां जी ओ दा बर्थडे बड़ी प्यारी फ्रॉक है क्यूट जी ओ दे वास्ते छोटी जी है 8 मंथ्स दी। दीदी दे बिहाफ च मैं बोलदी पई हां क्योंकि दीदी दा गला खराब होया पया है ते एक आ दीदी अपना टॉप लेके आए सी ते एक टी-शर्ट एक आ टी-शर्ट लेके आए सी अपने ते बस आ थोड़ी जी शॉपिंग करके ऐसी हो करके ऐसी हो शॉपिंग की थी सी ते फिर विखावांगे।